your own blood and bones, your blood and flesh. ਕਦੇ ਇੱਕ ਦੂਜੇ ਸਿੱਖ ਵੱਲ ਦੇਖ ਕੇ ਆਪਣਾ ਖੂਨ ਤੇ ਮਾਸ ਨਜ਼ਰ ਆਇਆ ਕਿ ਜਾਨ ਦਾ ਵੈਰੀ ਨਜ਼ਰ ਆਉਂਦਾ? ਅੱਜ ਕੱਲ੍ਹ ਇਹੋ ਜਿਹੀ ਹਾਲਤ ਹੈ, ਚੋਲਾ ਦੇਖ ਕੇ, ਪਜਾਮੀ ਦੇਖ ਕੇ ਚੋਲੇ ਵਾਲਾ ਜਿਹੜਾ ਆ ਉਹਨੂੰ ਅੱਗ ਲੱਗ ਜਾਂਦੀ ਹੈ, ਚੋਲੇ ਵਾਲਾ ਜਿਹੜਾ ਪਜਾਮੀ ਵੱਲ ਦੇਖ ਕੇ ਉਹਨੂੰ ਅੱਗ ਲੱਗ ਜਾਂਦੀ। ਇਹ ਕਿਹੜੀਆਂ ਗੱਲਾਂ ਵਿੱਚ ਅਸੀਂ ਪੈ ਗਏ ਖਾਲਸਾ ਜੀ? ਕੀ ਗੁਰਸਿੱਖਾਂ ਇੱਕੋ ਪਿਆਰ ਉਹ ਹੈ ਆਪਣੇ ਵਿੱਚ? ਗੁਰਮਿੱਤਾਂ ਪੁੱਤਾਂ ਭਾਈਆਂ। When you look at another Sikh, do you see your own blood and flesh looking back at you? When someone shouts Fateh at you from the other side of the city or the other side of the shop, wherever you are, do you look down or do you put your hands together? Toronto utthe likhde si kehnde Singh itthon tak hath jod ke Fateh bulaunde hunde si matthe tak. Is karke mainu ohde ji shabd bade bhaavpurt lagde te oh kehnde ne ਕਹਿੰਦੇ ਪਹਿਲੀ ਗੱਲ ਆਪਸ ਨੂੰ ਪਿਆਰ ਕਰਨਾ ਔਰ ਨੇਕ ਬਦ ਮੈਂ ਇਕੱਠੇ ਹੋ ਜਾਣਾ। ਕਹਿੰਦੇ ਜਦੋਂ ਦੁੱਖ ਦਾ ਵੇਲਾ ਹੋਵੇ ਨਾ ਸਿੱਖਾ, ਦੁੱਖ ਦਾ ਵੇਲਾ ਹੋਵੇ, ਆਪਣੀ ਸ਼ਰੀਕੇਬਾਜ਼ੀਆਂ, ਆਪਣੀਆਂ ਜਥੇਬੰਦੀਆਂ, ਆਪਣੀਆਂ ਸੰਪਰਦਾਵਾਂ, ਆਪਣੀਆਂ ਆਪਸ ਵਿੱਚ ਪਾੜਾਂ ਨੂੰ, ਜਿਹੜਾ ਕੋਈ ਵੀ ਸਿੱਖ ਆਪਣੇ ਆਪ ਨੂੰ ਕਲਗੀਧਰ ਦਾ ਪੁੱਤ ਸਮਝਦਾ ਆ, ਤੇ ਮੈਂ ਬੇਨਤੀ ਕਰਾਂ ਉਹ ਅੰਮ੍ਰਿਤਧਾਰੀ ਹੋਵੇ, ਉਹ ਕੇਸਾਧਾਰੀ ਹੋਵੇ, ਉਹ ਸਹਿਜਧਾਰੀ ਹੋਵੇ। ਜਿਹੜਾ ਵੀ ਆਪਣੇ ਆਪ ਨੂੰ ਕਲਗੀਧਰ ਦਾ ਸਿੱਖ ਅਖਵਾਉਂਦਾ ਆ, ਪਹਿਲੀ ਗੱਲ ਇੱਕ ਦੂਜੇ ਨੂੰ ਪਿਆਰ ਕਰੀ, ਦੂਜੀ ਗੱਲ ਜਿਹੜਾ ਇਹ ਸਾਡੇ ਵਿੱਚੋਂ ਅੱਜ ਅਲੋਪ ਹੁੰਦਾ ਜਾ ਰਿਹਾ, ਦੂਜੀ ਗੱਲ ਕਹਿੰਦਾ ਜਦੋਂ ਦੁੱਖ ਦਾ ਸਮਾਂ ਆਵੇ ਸਿੱਖੋ ਉਦੋਂ ਦਾ ਇਕੱਠੇ ਹੋ ਜਾ ਕਰੋ, ਦੁੱਖ ਵੇਲੇ ਇਕੱਠੇ ਹੋ ਜਾਈਏ। ਅਤੇ ਗੁਰੂ ਕੇ ਪਿਆਰਿਓ, ਤੀਸਰੀ ਗੱਲ ਉਸ ਗੁਰਸਿੱਖ ਨੇ ਲਿਖੀ ਹੈ, ਜੇ ਕੋ ਸਿੱਖ ਖਾਲਸੇ ਕੇ ਹੋਣਗੇ ਸੋ ਆਪਸ ਨੂੰ ਪਿਆਰ ਕਰਨਾ ਔਰ ਨੇਕ ਬਦ ਮੈਂ ਇਕੱਠੇ ਹੋ ਜਾਣਾ। ਔਰ ਜੇ ਕੋਈ ਸਿੱਖ ਉੱਪਰ ਆਏ ਬਣੇ, ਜੇ ਇੱਕ ਸਿੱਖ ਉੱਤੇ ਮੁਸ਼ਕਲ ਦਾ ਸਮਾਂ ਆ ਜਾਏ, ਉਹਨੇ ਲਿਖਿਆ ਸਭ ਸਿੱਖ ਜੀਓ ਕੁਰਬਾਨ ਕਰਨ ਲਈ ਤਿਆਰ, ਸਾਰੇ ਸਿੱਖ ਆਪਣੀ ਜ਼ਿੰਦਗੀ, ਆਪਣਾ ਘਰ ਬਾਰ, ਸਭ ਕੁਛ ਇੱਕ ਦੂਜੇ ਤੋਂ ਵਾਰਨ ਵਾਸਤੇ ਤਿਆਰ। ਪਰ ਪਿਆਰਿਓ ਕਿੱਥੇ ਗਈਆਂ ਨੇ ਗੱਲਾਂ ਸਾਡੇ ਵਿੱਚ? ਹੈ ਆਪਸ ਵਿੱਚ ਇਹ ਪਿਆਰ ਵਾਲੀ ਭਾਵਨਾ? ਹੈ ਭਾਵਨਾ ਕਿ ਦੁੱਖ ਵੇਲੇ ਜਥੇ ਬੰਦੀ ਨਹੀਂ ਵੇਖਣੀ? ਮੈਂ ਬੇਨਤੀ ਕਰਾਂ ਪਿਆਰਿਓ, ਦੁੱਖ ਵੇਲੇ ਉਹ ਲਿਖਦਾ ਆ ਸਭ ਕੁਛ ਭੁਲਾ ਕੇ ਇੱਕ ਹੋ ਜਾਓ, ਤੀਸਰੀ ਗੱਲ ਲਿਖਦਾ ਆ ਇੰਨਾ ਇੱਕ ਦੂਜੇ ਨੂੰ ਪਿਆਰ ਕਰੋ ਕਿ ਆਪਣੀ ਜ਼ਿੰਦਗੀ ਕੁਰਬਾਨ ਕਰਨ ਲਈ ਤਿਆਰ ਹੋਵੋ, ਫਿਰ ਉਹ ਲਿਖਦਾ ਆ ਤਾਂ ਸਿੱਖੀ ਦਾ ਫਲ ਪ੍ਰਾਪਤ ਹੋਵੇਗਾ, ਫਿਰ ਸਿੱਖੀ ਦਾ ਅਸਲ ਫਲ ਜਿਹੜਾ ਪ੍ਰਾਪਤ ਹੁੰਦਾ ਵਰਨਾ ਨਹੀਂ। ਇਫ ਯੂ ਆਰ ਸਿੱਖ ਗੁਰੂ ਗੋਬਿੰਦ ਸਿੰਘ, ਅ ਸਿੱਖ ਰਾਈਟਿੰਗ ਇਨ ਦੀ 18th ਸੈਂਚੁਰੀ, He says, if you are followers of Guru Gobind Singh, doesn't matter where you're from, doesn't matter what you look like, doesn't matter which part of the country you're from, whether you are from Punjab, whether you are from Canada, whether you are from America, je koi Sikh, and oh, Sikhan de ji, likhan da shaili kitni prabhavshali si, usne eh nahi likhya ke Punjab ja kisi ilake da naam nahi liya. He said, any person who says that he or she is a Sikh of Guru Gobind Singh, love one another, the first rule. Secondly, when hard times come, join together. And he says the third thing, when one Sikh is in trouble, be ready to give your life.